ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ। ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦੇ ਹਾਂ, ਉਹਨਾਂ ਦੀਆਂ ਸਿੱਖਿਆਵਾਂ ਪ੍ਰੇਰਨਾਵਾਂ ਨੂੰ। ਅੱਜ ਜਦੋਂ ਅਸੀਂ ਮੁਹੰਮਦ ਇਕਬਾਲ ਸਾਹਿਬ ਦੇ ਇਹਨਾਂ ਬੋਲਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਗੱਲ ਜ਼ਰੂਰ ਵਿਚਾਰ ਕਰਨੀ ਹੈ ਕਿ ਮੌਜੂਦਾ ਸਮੇਂ ਦੇ ਬਾਬਰ ਜਾਬਰ ਜ਼ੁਲਮ ਕਰਨ ਵਾਲੇ ਉਹਨਾਂ ਦੇ ਖਿਲਾਫ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਕਿਵੇਂ ਅਸੀਂ ਜੀਵਨ ਚ ਢਾਲ ਸਕਦੇ ਹਾਂ। ਇਸ ਦੇ ਨਾਲ ਹੀ ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ ਜੋ ਸੁਨੇਹਾ ਹੈ ਉਹ ਅੱਜ ਸੰਸਾਰ ਲਈ, ਸਮੁੱਚੇ ਬ੍ਰਹਿਮੰਡ ਲਈ ਬੜਾ ਕਾਬਲੀ ਗੌਰ ਹੈ। ਭਾਈ ਲਾਲੋ ਜੀ ਦੀ ਦਾਸਤਾਨ ਇਸ ਦੀ ਤਰਜਮਾਨੀ ਕਰਦੀ ਹੈ, ਜਿਸ ਬਾਰੇ ਕਿਸੇ ਸ਼ਾਇਰ ਦੇ ਖੂਬਸੂਰਤ ਬੋਲ ਨੇ। ਸਫਲ ਕਰਨ ਲਈ ਪਾਪ ਕਮਾਈ, ਖੱਟਣ ਲਈ ਜਗਦੀ ਵਡਿਆਈ, ਪਿਆਰਾ ਪ੍ਰਭੂ ਰਿਝਾਵਣ ਖਾਤਰ, ਸਸਤੀ ਮੁਕਤੀ ਪਾਵਣ ਖਾਤਰ, ਭਾਗੋ ਨੇ ਇੱਕ ਜਾਗ ਰਚਾਇਆ, ਦੂਰ ਦੂਰ ਸੁਨੇਹਾ ਭਜਵਾਇਆ, ਕਈ ਪੰਡਿਤ ਵਿਦਵਾਨ ਬੁਲਾਏ, ਕਈ ਸੱਦੇ ਕਈ ਆਪੇ ਆਏ, ਕੋਈ ਬੰਗਾਲੀ ਕੋਈ ਪੰਜਾਬੀ, ਕੋਈ ਅਫੀਮੀ ਕੋਈ ਸ਼ਰਾਬੀ, ਇਹ ਹੈ ਸਾਧ ਜੜਾਵਾਂ ਵਾਲਾ, ਉਹ ਹੈ ਸਾਧ ਖੜਾਵਾਂ ਵਾਲਾ, ਜਿਨ੍ਹਾਂ ਵੱਖਰੀ ਧੂਣੀ ਵਾਲੀ, ਉਹ ਸਾਧੂ ਦਾ ਨਾਮ ਜਲਾਲੀ, ਆ ਫੌੜੀ ਉਹ ਸੋਟੇ ਵਾਲਾ, ਉਹ ਹੈ ਸੰਤ ਗਲੋਟੇ ਵਾਲਾ, ਮਹਿਲਾ ਵਾਲਾ ਢਾਰੇ ਵਾਲਾ, ਸਾਧੂ ਮਸਤ ਚਵਾਰੇ ਵਾਲਾ, ਇਕੱਠੇ ਹੋ ਗਏ ਸਭ ਪਖੰਡੀ, ਲੱਗ ਗਈ ਸਾਧਾਂ ਦੀ ਮੰਡੀ, ਰੂਪ ਵੱਖਰੇ ਭੇਖ ਨਿਰਾਲੇ, ਵੱਖੋ ਵੱਖਰੀ ਨਾਵਾਂ ਵਾਲੇ, ਭਾਵੇਂ ਸਭ ਦੇ ਪੰਥ ਨਿਆਰੇ, ਇੱਕ ਗੱਲੋਂ ਉਹ ਇਕੱਠੇ ਸਾਰੇ, ਸਭ ਦੀ ਗੋਗੜ ਮੋਟੀ ਤਾਜੀ, ਸਾਰੇ ਮੁਫ਼ਤ ਖਾਣ ਨੂੰ ਰਾਜੀ, ਵਿਹਲੇ ਬੈਠੇ ਮੌਜ ਉਡਾਉਂਦੇ, ਕੰਮ ਕਾਰ ਨੂੰ ਹੱਥ ਨਾ ਲਾਉਂਦੇ, ਪਰ ਇੱਕ ਗੁਰੂ ਨਾਨਕ ਨਾ ਆਇਆ, ਉਸਨੂੰ ਜਬਰਨ ਗਿਆ ਬੁਲਾਇਆ, ਭਾਗੋ ਕਹਿੰਦਾ ਨਾਨਕ ਪਿਆਰੇ, ਇਹ ਸਾਧਾਂ ਦੇ ਨਹੀਂ ਵਰਤਾਰੇ, ਸੰਤ ਹੈ ਸਾਰੇ ਜਗ ਦਾ ਸਾਂਝਾ, ਕਿਉਂ ਰੱਖੇ ਹੋ ਮੈਨੂੰ ਵਾਂਝਾ, ਜੇ ਮਿੱਠੀ ਲਾਲੋ ਦੀ ਗੁੱਲੀ, ਕੀ ਲੱਗ ਗਈ ਪੂੜੀ ਨੂੰ ਉੱਲੀ, ਭੋਜਨ ਕਿਉਂ ਪ੍ਰਵਾਨ ਨੀ ਮੇਰਾ, ਦੱਸੋ ਇਹ ਅਪਮਾਨ ਨੀ ਮੇਰਾ, ਨਾਨਕ ਜੀ ਮੁਸਕਰਾਵਣ ਲੱਗੇ, ਸਹਿਸਵਾ ਫੁਰਮਾਵਣ ਲੱਗੇ, ਮਲਕਾ ਕਿਉਂ ਗੁੱਸੇ ਵਿੱਚ ਆਵੇ, ਝੂਠ ਨਾਲ ਕਿਉਂ ਸੱਚ ਲੁਕਾਵੇਂ, ਮੈਂ ਇਸ ਭੇਦ ਨੂੰ ਜਾਣ ਗਿਆ ਹਾਂ, ਕਾਤਲ ਤਾਂ ਹੀ ਪਛਾਣ ਗਿਆ ਹਾਂ, ਤੇਰੇ ਸਾਥੀ ਸਭ ਹਥਿਆਰੇ, ਜ਼ਾਲਮ ਡਾਕੂ ਖੂਨੀ ਸਾਰੇ, ਖੂਨੋ ਖੂਨ ਹੈ ਭੋਜਨ ਤੇਰਾ, ਇਸ ਨੂੰ ਹੱਥ ਨਾ ਚਹਾਏ ਮੇਰਾ, ਜੋ ਤੂੰ ਵਿਹਲੇ ਝੋਟੇ ਪਾਲੇ, ਇਹ ਸਭ ਠੱਗ ਬਨਾਸ ਵਾਲੇ, ਜਿਸਦਾ ਸਾਹ ਖੋ ਕੇ ਤੂੰ ਜੀਵੇ, ਜਿਸਦਾ ਖੂਨ ਹਮੇਸ਼ਾ ਪੀਵੇ, ਜਿਸਦੇ ਸਿਰ ਤੇ ਮੌਜ ਉਡਾਵੇ, ਉਸਨੂੰ ਸ਼ੂਦਰ ਆਖ ਬੁਲਾਵੇ, ਜਿਹੜਾ ਹੱਥੀ ਕਾਰ ਕਮਾਵੇ, ਦਸਾਂ ਨੋਹਾਂ ਦੀ ਕਰਕੇ ਖਾਵੇ, ਉਹ ਕਿਰਤੀ ਹੈ ਮੇਰਾ ਭਾਈ, ਜੱਗ ਕਰੇ ਉਸਦੀ ਵਡਿਆਈ, ਉਸਦਾ ਭੋਜਨ ਦੁੱਧ ਮਲਾਈ, ਲਹੂ ਭਰੀ ਤੇਰੀ ਮਠਿਆਈ, ਲਹੂ ਭਰੀ ਤੇਰੀ ਮਠਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।